एक बड़ी इंपॉर्टेंट गल इस तो अज तक कभी ऐसा देखा ही नहीं गया सेहतमंद पंजाब और नरोग पंजाब जिहड़ा है वो साडा सरकार का टीचा है पर मेरी क्यों फायदा क्यों नहीं है ਜਿਹੜਾ ਮੁਹੱਲਾ ਕਲੀਨਿਕ ਹੈ ਜਿਹੜਾ ਦਿੱਲੀ ਦੇ ਵਿੱਚ ਆਪਣੇ ਆਪ ਚ ਇੱਕ ਮਾਡਲ ਬਣ ਕੇ ਹੈਲਥ ਕੇਅਰ ਦੇ ਵਿੱਚ ਨਿਕਲੇ ਆ ਗਏ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਸਰਕਾਰ ਨੇ ਔਰ ਮਾਨਯੋਗ ਭਗਵੰਤ ਮਾਨ ਜੀ ਸਰਕਾਰ ਨੇ ਉ
ਪੰਜਾਬ ਦੇ ਵਿੱਚ ਵੀ ਲਾਗੂ ਕੀਤਾ ਹੈਲਥ ਮਾਡਲ ਨੂੰ ਮਹੱਲਾ ਕਲੀਨਿਕ ਦੇ ਰੂਪ ਦੇ ਵਿੱਚ ਔਰ 15 ਅਗਸਤ ਨੂੰ ਜਿਹੜੇ ਆ ਸਮਰਪਿਤ ਹੋ ਰਹੇ ਜਨਤਾ ਦੇ ਸਿਹਤਮੰਦ ਪੰਜਾਬ ਔਰ ਨਿਰੋਗ ਪੰਜਾਬ ਉਹ ਸਿਹਤਮੰਦ ਪੰਜਾਬ ਔਰ ਨਿਰੋਗ ਪੰਜਾਬ ਜਿਹੜਾ ਹੈ ਉਹ ਸਾਡਾ ਸਰਕਾਰ ਦਾ ਟੀਚਾ ਹੈ ਉਹ ਬਹੁਤ ਮਾਨ ਸਾਹਿਬ ਖੁਦ ਦੇਖਣਾ ਹੈ ਜੇ ਸਾਡੇ ਦੇ ਵਿੱਚ ਵੱਡਾ ਇੱਕ ਸਵਾਲ ਇਹ ਵੀ ਆਉਂਦਾ ਹੈ ਕਿਉਂਕਿ ਵਿਰੋਧੀ ਲਗਾਤਾਰ ਇਹ ਗੱਲ ਕਹਿੰਦੇ ਸਨ ਕਿ ਕਹਿੰਦੇ ਸਾਰੀਆਂ ਬਿਮਾਰੀਆਂ ਦਾ ਇਲਾਜ ਇੱਥੇ ਨਹੀਂ ਹੋ ਸਕਦਾ ਵੱਡੀਆਂ ਬਿਮਾਰੀਆਂ ਦਾ ਇਲਾਜ ਇੱਥੇ ਫਿਰ ਇਹਦਾ ਕੀ ਫਾਇਦਾ ਸਰ ਮੇਰੀ ਕਿਉਂ ਫਾਇਦਾ ਕਿਉਂ ਨਹੀਂ ਹੈ ਇਹ ਤਾਂ ਵਿਰੋਧੀ ਇਹ ਤਾਂ ਇੱਕ ਵਿਰੋਧ ਕਰਨ ਦੀ ਤਰਜ਼ ਹੈ ਤੁਸੀਂ ਇਹ ਦੇਖੋ ਸਾਨੂੰ ਵੱਡੀਆਂ ਬਿਮਾਰੀਆਂ ਜਿਹੜੀਆਂ ਕਿਸੇ ਮੁਹੱਲਾ ਕਲੀਨਿਕ 'ਤੇ ਨਹੀਂ ਠੀਕ ਹੋ ਸਕਦੀ ਬਹੁਤ ਬੜੀ ਬਿਮਾਰੀ ਜਿਹੜੀ ਹੈ ਉਹਦੇ ਲਈ ਵੱਡੇ ਹੋਸਪਿਟਲ ਹੈਗੇ ਆ ਬਟ ਨੀਅਰੈਸਟ ਹੋਸਪਿਟਲ ਕੀ ਹੈ ਬੋਝ ਘੱਟ ਜਾਏਗਾ ਮੁੱਖ ਮੰਤਰੀ ਜੀ ਇਹ ਗੱਲ ਕਹਿ ਕੇ ਗਏ ਹੈ ਮੁੱਖ ਮੰਤਰੀ ਜੀ ਇਹ ਗੱਲ ਕਰਕੇ ਗਏ ਪਹਿਲਾਂ ਹੀ ਇਹਨਾਂ 70-80% ਬੋਝ ਜਿਹੜਾ ਜਿਹਦੇ ਦੰਦ ਦਰਦ ਵੀ ਹੈ ਜਾਂ ਢਿੱਡ ਪੀੜ ਵੀ ਹੈ ਜਿਹੜਾ ਉੱਥੇ ਪਹੁੰਚਦਾ ਬੋਝ ਘਟੇਗਾ ਨਾ ਜੀ ਉੱਥੇ ਇਹ ਵੱਡੀ ਚੀਜ਼ ਵੱਡੀ ਅਚੀਵਮੈਂਟ ਹੈ ਵੀ ਹੁਣ ਹਸਪਤਾਲਾਂ 'ਚ ਅਕਸਰ ਦੇਖਿਆ ਗਿਆ ਕਹਿੰਦੇ ਕਿ ਸਿਵਲ ਹਸਪਤਾਲਾਂ 'ਚ ਡਾਕਟਰਾਂ ਦੀ ਕਾਫੀ ਦਿੱਕਤ ਆਉਂਦੀ ਹੈ ਹਾਲਾਂਕਿ MBBS ਡਾਕਟਰ ਰੱਖਣ ਦੀ ਗੱਲ ਮਾਨ ਸਾਹਿਬ ਜਿਹੜੀ ਕਮੀ ਉਹ ਜਿਹੜੀ ਕਮੀ ਹੈ ਉਹਨੂੰ ਜਲਦੀ ਪੂਰਾ ਕਰੂਗੇ ਸਰਕਾਰ ਇਹ 30-40 ਸਾਲਾਂ 50-17 ਸਾਲਾਂ ਦੀ ਕਮੀ ਨੂੰ ਸਰਕਾਰ ਆਮ ਆਦਮੀ ਸਰਕਾਰ ਮਾਨ ਸਾਹਿਬ ਦੀ ਸਰਕਾਰ ਪੂਰਾ ਕਰੇਗੀ ਤੇ ਮਤਲਬ ਮਹੱਲਾ ਕਲੀਨਿਕ ਦੇ ਵਿੱਚ ਹੁਣ ਕਹਿ ਸਕਦੇ ਕਿ ਆਸਾਨੀ ਦੀ ਰੀਚ ਕਹਿ ਸਕਦੇ ਤੁਹਾਡੀ ਪਹੁੰਚ ਹੈ ਆਸਾਨੀ ਨਾਲ ਕਿਸੇ ਪੇਸ਼ੈਂਟ ਦੀ ਪਹੁੰਚ ਹੈ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਇਲਾਜ ਦੀ ਲੋੜ ਹੁੰਦੀ ਹੈ ਉਹ ਮਹੱਲਾ ਕਲੀਨਿਕ ਪੂਰੀ ਕਰੂਗਾ ਸਟਾਰਟਿੰਗ ਇਨੀਸ਼ੀਅਲ ਇਲਾਜ ਸ਼ੁਰੂ ਹੋ ਜਾਏਗਾ ਬਿਲਕੁਲ ਬਿਲਕੁਲ ਠੀਕ ਹੈ ਜੀ ਸੋ ਇਸ ਨਾਲ ਨਾਲ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜੈਂਪਾ ਜੋ ਕਿ ਸੀਐਮ ਮਾਨ ਦੇ ਨਾਲ ਇੱਥੇ ਜਾਇਜ਼ਾ ਲੈਣ ਪੁੱਜੇ ਸਨ ਜੋ ਮਹੱਲਾ ਕਲੀਨਿਕ ਤਿਆਰ ਹੋ ਰਿਹਾ ਤਸਵੀਰਾਂ ਅਸੀਂ ਦਿਖਾਈਆਂ ਕਿ 5 ਫੇਸ ਦਾ ਮੋਹਾਲੀ ਦਾ ਮਹੱਲਾ ਕਲੀਨਿਕ ਹੈ ਜਿੱਥੇ ਜੋ ਕਿ ਤਿਆਰ ਹੋ ਰਿਹਾ ਜਿਸ ਨੂੰ ਲੈ ਕੇ ਸੀਐਮ ਮਾਨ ਦੇ ਨਾਲ ਕੈਬਨਿਟ ਮੰਤਰੀ ਜਿਹੜੇ ਨੇ ਉਹ ਖੁਦ ਇੱਥੇ ਪਹੁੰਚੇ ਬ੍ਰਹਮ ਸ਼ੰਕਰ ਜਿੰਬਾ ਖੁਦ ਇੱਥੇ ਪਹੁੰਚੇ ਅਤੇ ਇਹਨਾਂ ਦਾ ਕਹਿਣਾ ਕਿ ਜਿਹੜਾ ਇਨੀਸ਼ੀਅਲ ਇਲਾਜ ਦੇ ਵਿੱਚ ਇਨੀਸ਼ੀਅਲ ਜਿਹੜਾ ਸਟੈਪ ਹੁੰਦਾ ਜਿਹੜਾ ਬਿਮਾਰੀ ਨੂੰ ਡਿਟੈਕਟ ਕਰਨ ਦਾ ਜਿਹੜਾ ਸਟੈਪ ਹੁੰਦਾ ਭਾਵੇਂ ਉਹ ਕੋਈ ਵੱਡੀ ਬਿਮਾਰੀ ਵੀ ਹੋਵੇ ਉਸ ਦੀ ਡਿਟੈਕਸ਼ਨ ਜਿਹੜੀ ਹੈ ਉੱਥੇ ਉਹ ਕੀਤੀ ਜਾ ਸਕਦੀ ਜਿਸ ਤੋਂ ਬਾਅਦ ਜੇ ਰੈਫਰ ਵੀ ਕਰਨਾ ਪਿਆ ਤਾਂ ਜਿਹੜੇ ਹਸਪਤਾਲ ਨੇ ਉਹਨਾਂ ਵੱਲ ਰੈਫਰ ਕੀਤਾ ਜਾ ਸਕਦਾ ਪਰ ਇਹ ਹੈ ਕਿ ਜਿਹੜੀ ਇਨੀਸ਼ੀਅਲ ਬਿਮਾਰੀਆਂ ਨੇ ਜਿਨ੍ਹਾਂ ਵਿੱਚ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਜਿਹੜਾ ਸਾਹਮਣਾ ਨਹੀਂ ਕਰਨਾ ਪਏਗਾ ਤਾਂ ਕਿਤੇ ਨਾ ਕਿਤੇ ਜਿਹੜੇ ਸਿਵਲ ਹਸਪਤਾਲ ਨੇ ਜਾਂ ਹੋਰ ਹਸਪਤਾਲ ਨੇ ਉਹਨਾਂ ਦਾ ਬੋਝ ਜਾਂ ਉਹਨਾਂ ਦਾ ਬਰਡਨ ਜਿਹੜਾ ਉਹ ਜ਼ਰੂਰ ਕਰਦਾ ਨਜ਼ਰ ਆਊਗਾ ਕੈਮਰਾ ਪਰਸਨ ਪ੍ਰਵੀਨ ਦੇ ਨਾਲ ਸਾਇੰਦਰੂ ਲਾਸਕਾ ਨਿਊਜ਼ ਪੰਜਾਬ ਮੋਹਾਲੀ